ਇੱਕ ਸਵਾਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਿ ਪਹਿਲਾਂ ਉਹ ਕਹਿੰਦੇ ਸੀ ਕਿ ਮੈਂ ਚੋਣਾਂ ਲੜਨ 'ਚ ਵਿਸ਼ਵਾਸ ਨਹੀਂ ਰੱਖਦਾ, ਜਿਹੜਾ ਉਹਨਾਂ ਨੂੰ ਸਵਾਲ ਉੱਠਿਆ। ਦੂਜਾ ਇੱਕ ਹੁਣ ਸਵਾਲ ਇੱਕ ਹੋਰ ਉੱਠ ਰਿਹਾ ਕਿ ਉਹ ਪਹਿਲਾਂ ਚੋਣਾਂ ਲੜਨ 'ਚ ਵਿਸ਼ਵਾਸ ਨਹੀਂ ਰੱਖਦੇ ਸੀ, ਚੋਣਾਂ ਲੜੇ, ਕਿਤੇ ਹੁਣ ਉਹ ਵੋਟ ਜਾ ਕੇ NDA ਦੇ ਖੱਚ 'ਚ ਤਾਂ ਨਹੀਂ ਪਾ ਦੇਣਗੇ, ਕਿਤੇ ਉਹ BJP ਵਾਲੇ ਪਾਸੇ ਤਾਂ ਨਹੀਂ ਝੁੱਕ ਜਾਣਗੇ? ਦੇਖੋ ਗੱਲ ਨਹੀਂ ਹੈ, ਜਿਹੜੇ ਬੰਦੇ ਨੂੰ ਆਪਾਂ ਇਸ ਪੁਆਇੰਟ 'ਤੇ ਮਿਲੇ ਨਹੀਂ ਉਹਦੇ ਬਾਰੇ ਮੈਂ ਰਿਪਲਾਈ ਦੇਣਾ ਬੜਾ ਕਠਿਨ ਹੈ, ਪਰ ਮੇਰਾ ਆਪਦਾ ਦਿਲੋਂ ਮਨ ਕਰਦਾ ਹੈ ਕਿ ਕੁਛ ਨਹੀਂ ਕਰਨਾ ਚਾਹੀਦਾ, ਕਿਸੇ ਦੇ ਨਾਲ ਅਜੇ ਖਲੋਣਾ ਨਹੀਂ ਚਾਹੀਦਾ। ਠੀਕ ਹੈ, ਜੇ ਪੁਰਾਣੀ ਹਿਸਟਰੀ ਦੇਖਦਾ ਤਾਂ ਮੀਰ ਮਨੂ ਨਾਲ ਤਿੱਕਰ ਵੀ ਸਾਡੇ ਸਮਝੌਤੇ ਹੋਏ ਨੇ, ਪਰ ਉਹ ਸਮਝੌਤੇ ਕਿਹੜੇ ਕਾਰਨ ਹੋਏ ਸੀ ਕਿ ਸਾਨੂੰ ਬੜੇ ਵੱਡੇ ਫੈਸਲੇ ਕਰਨੇ ਪਏ ਸੀ ਆਪਦੀ ਕੌਮ ਦੀ ਖਾਤਰ, ਪਰ ਅੱਜ ਸਾਨੂੰ ਕਿਸੇ ਨਾਲ ਰਲਣ ਦੀ ਲੋੜ ਨਹੀਂ। ਅਸੀਂ ਪਹਿਲਾਂ ਬਾਹਰ ਆਈਏ, ਆਪਦੀ ਪੰਥ ਦੀ ਗੱਲ ਕਰੀਏ, ਆਪਦੇ ਇੱਥੇ ਨਸ਼ੇ ਦੀ ਗੱਲ ਕਰੀਏ। ਸੋ ਮੇਰੇ ਦੇਖਣ 'ਚ ਅਜੇ ਇਹ ਫੈਸਲਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ। ਜੇ ਮੈਨੂੰ ਮਿਲਣਗੇ ਤੇ ਮੈਂ ਇਹ ਗੱਲਾਂ ਤਾਂ ਇਹੀ ਕਹੂੰਗਾ ਕਿ ਜਿਹੜੇ ਸਾਡੇ ਸ਼ੁਭ ਕਰਨ ਨੂੰ ਜਿਨ੍ਹਾਂ ਨੇ ਗੋਲੀ ਮਾਰੀ ਹੈ, ਜਿਨ੍ਹਾਂ ਨੇ ਸਾਨੂੰ 700 ਬੰਦਾ ਕਿਸਾਨ ਉੱਥੇ ਮਾਰ ਕੇ ਰੱਖਤਾ, ਉਹਨਾਂ ਦੇ ਨਾਲ ਸਮਝੌਤਾ ਨਹੀਂ ਚੰਗਾ ਲੱਗਦਾ। ਇਹ ਅਜੇ ਕੋਈ ਇਹ ਗੱਲ ਸਾਡੇ ਮੇਰੇ ਦੇਖਣ 'ਚ ਤਾਂ ਸੋਚਣੀ ਵੀ ਨਹੀਂ ਚਾਹੀਦੀ ਹੈ। ਅੱਛਾ, ਇੱਕ ਗੱਲ ਹੋਰ ਸੀ, ਤੁਸੀਂ ਕਹਿ ਰਹੇ ਹੋ ਕਿ ਇਹਨਾਂ ਮਗਰ ਕੋਈ ਵੀ ਨਹੀਂ ਸੀ, ਪਰ ਇੱਕ ਜਿਹੜੀਆਂ ਦੂਜੀਆਂ ਧਿਰਾਂ, ਖਾਸ ਕਰਕੇ ਅਕਾਲੀ ਦਲ, ਆਮ ਆਦਮੀ ਪਾਰਟੀ, ਉਹ ਇਹ ਕਹਿ ਰਹੀਆਂ ਕਿ ਇਹਨਾਂ ਪਿੱਛੇ ਏਜੰਸੀਆਂ ਸੀ, ਏਜੰਸੀਆਂ ਇਹਨਾਂ ਦੀ ਮਦਦ ਕਰ ਰਹੀਆਂ ਸੀ, BJP ਇਹਨਾਂ ਨੂੰ ਪੰਜਾਬ 'ਚ ਖੜਾ ਕਰ ਰਹੀ ਸੀ ਤਾਂ ਕਿ ਧਰੁਵੀਕਰਨ ਹੋ ਕੇ ਵੋਟ ਹੈ ਜਿਹੜੀ ਉਹ ਹਿੰਦੂ ਵੋਟ ਇੱਕ ਪਾਸੇ ਇਕੱਠੀ ਹੋ ਜਾਵੇ ਅਤੇ ਉਹਦਾ ਡਰ ਜਿਹੜਾ ਹਿੰਦੂਆਂ ਦੇ ਮਨ 'ਚ ਪਾਇਆ। ਨਹੀਂ 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 ਨਹੀਂ, ਮੈਂ ਇੱਕ ਤੁਹਾਨੂੰ ਦੱਸਣਾ, ਮੇਰੇ ਕੋਲ ਲੜਕਾ ਰਣਜੋਤ ਭੁੱਲਰ ਹੀ ਖੜਾ ਹੈ, ਕੁਛ ਇਲਾਕੇ ਨੇ ਜਿਹੜੇ ਹਿੰਦੂ ਭਰਾਵਾਂ ਨੇ ਸਾਰੀ ਵੋਟ ਹੀ ਉੱਧਰ ਪਾਈ ਹੈ ਅੰਮ੍ਰਿਤਪਾਲ ਸਿੰਘ ਨੂੰ, ਭਾਈ ਅੰਮ੍ਰਿਤਪਾਲ ਨੂੰ ਹਿੰਦੂ ਹਲਕਿਆਂ ਦੇ ਵਿੱਚ ਲੀਡ ਵਧੀ ਹੈ, ਉਹ ਵੋਟ ਗਈ ਨਹੀਂ ਭਾਜਪਾ ਨੂੰ, ਕਿਵੇਂ ਕਹੋਗੇ ਤੁਸੀਂ? ਪੰਜਾਬ ਦਾ ਜਿਹੜਾ ਹਿੰਦੂ ਹੈ, ਜਿਹੜਾ ਸਹੀ ਹਿੰਦੂ ਹੈ, ਜਿਹੜਾ ਪੰਜਾਬ ਜਿੰਦਾ ਪਿਛੋਕੜ ਹੈ, ਉਹਨੂੰ ਪਤਾ ਹੈ, ਉਹਨੂੰ ਪਤਾ ਹੈ ਕਿ ਜਿਹੜੀਆਂ ਇਹ ਸ਼ਕਲਾਂ ਵਾਲੇ ਬੰਦੇ ਨੇ ਨਾ, ਸਾਨੂੰ ਮੁਗਲ ਅਤੇ ਅਫਗਾਨ ਤੋਂ ਇਹਨਾਂ ਨੇ ਬਚਾਇਆ। ਕੁਛ ਬੰਦੇ ਕਹਿੰਦੇ ਨੇ ਕਿ ਜੇ ਇਹ ਆ ਗਏ ਤਾਂ ਹਿੰਦੂ ਨੂੰ ਪੰਜਾਬ ਛੱਡਣਾ ਪਏਗਾ। ਮੈਂ ਕਈ ਵਾਰ ਕਹਿ ਚੁੱਕਾ, ਗੁਰੂ ਅਰਜਨ ਦੇਵ ਮਹਾਰਾਜ ਤੋਂ ਉੱਪਰ ਭਾਈ ਅੰਮ੍ਰਿਤਪਾਲ ਨਹੀਂ ਹੋ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਨੇ 4 ਵਰਨਾਂ ਦਾ ਸਾਂਝਾ ਹਰਿਮੰਦਰ ਸਾਹਿਬ ਬਣਾਇਆ ਹੈ, ਕੋਈ ਕਿਸੇ ਨੂੰ ਕੱਢਦਾ ਨਹੀਂ। ਸਾਡੇ ਹਿੰਦੂ ਭਰਾਵਾਂ ਨੂੰ ਜੇ ਅਸੀਂ ਇੱਥੇ ਪੰਜਾਬ 'ਚ ਇਹਨਾਂ ਦਾ ਪਿਛੋਕੜ ਪੜਿਆ ਜਾਵੇ ਨਾ, ਤਾਂ ਅਸੀਂ ਹਿੰਦੂ ਭਰਾਵਾਂ ਨੂੰ ਆਪਦੀਆਂ ਜਾਨਾਂ ਦੇ ਕੇ ਉੱਥੇ ਰੱਖਿਆ ਹੋਇਆ। ਅਸੀਂ ਸਾਡੇ ਵੱਡੇ ਵਡੇਰੇ ਨਾ ਪੋਟਾ ਪੋਟਾ ਵੱਢੇ ਗਏ ਸੀ, ਅਤੇ ਅਸੀਂ ਕਿਸੇ ਮੰਦਿਰ 'ਤੇ ਹਮਲਾ ਨਹੀਂ ਸੀ ਕਰਨ ਦਿੱਤਾ, ਅਸੀਂ ਇਹਨਾਂ ਨੂੰ ਇਹਨਾਂ ਦੀ ਬੇਇੱਜ਼ਤੀ ਨਹੀਂ ਸੀ ਹੋਣ ਦਿੱਤੀ। ਸੋ ਅੱਜ ਜੇ ਸਾਡੇ ਹਿੰਦੂ ਭਰਾ ਪੰਜਾਬ 'ਚ ਰਹਿੰਦੇ ਨੇ ਤਾਂ ਪਿਛਲੇ ਮਾੜੀ ਜੇ ਆਪਾਂ ਸਟੋਰੀ ਪੜ੍ਹ ਲਈਏ, ਬਾਹਲੀ ਪੁਰਾਣੀ ਵੀ ਨਹੀਂ, 100-150 ਸਾਲ ਦੀ ਹੈ, ਅਸੀਂ ਇਹਨਾਂ ਲਈ ਬਹੁਤ ਜਾਨਾਂ ਦਿੱਤੀਆਂ ਨੇ, ਅਤੇ ਇਹ ਦਿਮਾਗ 'ਚ ਨਹੀਂ ਰੱਖਣੇ ਕਿਸੇ ਨੇ ਕਿ ਇਹ ਜਿਹੜਾ ਪੰਜਾਬ ਇਕੱਲੇ ਸਿੱਖਾਂ ਦਾ ਹੈ, ਪੰਜਾਬ ਹਿੰਦੂ ਦਾ, ਮੁਸਲਮਾਨ ਦਾ ਹੈ ਅਤੇ ਸਿੱਖ ਦਾ। ਜਿਹੜੇ ਇਸ ਧਰਤੀ 'ਤੇ, ਮੈਂ 3 ਕੌਮਾਂ ਹੀ ਗਿਣਦਾ ਹੁੰਦਾ ਜਿਹੜੀਆਂ ਇਸ ਧਰਤੀ 'ਚ ਪੈਦਾ ਹੋਈਆਂ ਨੇ, ਪੰਜਾਬ ਸਦਾ ਹੀ ਉਹਨਾਂ ਦਾ ਰਹਿਣਾ, ਪੰਜਾਬ ਸਦਾ ਹੀ ਉਹਨਾਂ ਦਾ ਰਹਿਣਾ। ਜਿਵੇਂ ਭਾਈ ਸਰਬਜੀਤ ਸਿੰਘ, ਮੈਂ ਇੱਕ ਸਵਾਲ ਆਖਰੀ ਇਹ ਲਊਂਗਾ, ਭਾਈ ਸਰਬਜੀਤ ਸਿੰਘ ਉਹਨਾਂ ਦੇ ਪਿਤਾ ਦੇ ਇਸ ਵਾਰ ਜਿਹੜੀ ਕੁਰਬਾਨੀ ਨੂੰ, ਜਿਹੜਾ ਲੋਕ ਕਹਿੰਦੇ ਸੀ ਕਿ ਮੁੱਲ ਮੋੜਨ ਦਾ ਵੇਲਾ ਆ ਗਿਆ, ਕੀ ਲੱਗਦਾ ਹੈ ਜਿਹੜੇ ਪੰਜਾਬ ਦੇ ਲੋਕ ਹੈ ਉਹ ਕਿਸੇ ਦਾ ਕਰਜ਼ ਸਿਰ 'ਤੇ ਨਹੀਂ ਰੱਖਦੇ? ਬਿਲਕੁਲ, ਦੇਖੋ ਹੁਣ ਆਪਾਂ ਗੱਲ ਕਰੀਏ, ਭਾਈ ਸਰਬਜੀਤ ਦੇ ਉਦੋਂ ਮਦਰ ਸੀ ਅਤੇ ਇਹਨਾਂ ਦੇ ਦਾਦਾ ਜੀ, ਉਹਨਾਂ ਨੂੰ ਵੀ MP ਜਿਤਾਇਆ ਜੀ, ਅੱਜ ਇਹਨਾਂ ਨੇ ਹੋਕਾ ਦਿੱਤਾ ਹੈ, ਅੱਜ ਵੀ ਨਾਲ ਖਲੋ ਗਏ ਨੇ। ਪੰਜਾਬ, ਮੈਂ ਤੁਹਾਨੂੰ ਕਹਿੰਦਾ, ਪੰਜਾਬ ਨੂੰ ਸਮਝਣਾ ਹੀ ਬੜੀ ਵੱਡੀ ਗੱਲ ਹੈ। ਸਾਡੇ ਲੀਡਰਾਂ ਨੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ, 5-star ਹੋਟਲਾਂ 'ਚ ਬਹਿ ਕੇ ਸਾਡੀ ਕਿਸਮਤ ਦੇ ਫੈਸਲੇ ਕੀਤੇ, ਜਦਕਿ ਇਹ ਵੱਟਾਂ 'ਤੇ ਬਹਿ ਕੇ ਕਰਨੇ ਸੀ। ਪਤਾ ਲੱਗਦਾ ਕਿ ਵੱਟ ਦਾ ਕੀ ਰੋਲਾ ਅਤੇ ਰਾਹ ਦਾ ਕੀ ਰੋਲਾ, ਉਹ ਦਿਹਾੜੀ ਕਰਦਾ ਕਿਵੇਂ ਕਰਦਾ। ਅਸੀਂ ਉਹਨੂੰ ਚੁੱਪ ਕਰਕੇ ਕਹਿ ਦੇਣਾ, ਲਿਆ ਓਏ ਸ਼ਰਾਬ ਦੀਆਂ ਬੋਤਲਾਂ ਰਾਤ ਨੂੰ ਪਿਆ ਇਹਨਾਂ ਨੂੰ, ਲਿਆ ਭੁੱਖੀ ਵੰਡ ਦੇ, ਤੁਸੀਂ ਭੱਠਾ ਬਾ ਕੇ ਰੱਖਤਾ ਪੰਜਾਬ ਦਾ। ਸੋ ਸਾਡਾ ਪੰਜਾਬ ਨਹੀਂ ਮਾੜਾ ਹੋ ਸਕਦਾ, ਸਾਡੀ ਕੌਮ ਨਹੀਂ ਮਾੜੀ ਹੋ ਸਕਦੀ, ਸਾਡਾ ਕਿਸੇ ਪ੍ਰਤੀ ਵਿਰੋਧ ਨਹੀਂ, ਨਾ ਹੀ ਅਸੀਂ ਕਿਸੇ ਦੇ ਵਿਰੋਧ ਰੱਖਣਾ ਕਿਤੇ। ਸਾਨੂੰ ਹਿੰਦੁਸਤਾਨ 'ਚ ਮਾਰਿਆ ਗਿਆ, ਪਰ ਅਸੀਂ ਫਿਰ ਵੀ ਨਹੀਂ ਉਸ ਤਰ੍ਹਾਂ ਦਾ ਜਵਾਬ ਦਿੱਤਾ ਕਿਸੇ ਨੂੰ। ਸੋ ਇਸ ਕਰਕੇ ਪੰਜਾਬ ਜਾਂ ਇਸ ਕੌਮ ਦੇ ਪ੍ਰਤੀ ਮਾੜਾ ਸੋਚਣਾ ਬਹੁਤ ਗਲਤ ਹੈ।
ਸਿਮਰਨਜੀਤ ਸਿੰਘ ਮਾਨ ਦੀ ਹਾਰ ਨੂੰ ਤੁਸੀਂ ਕਿਵੇਂ ਦੇਖਦੇ? ਤੁਸੀਂ ਸਪੋਰਟ ਕੀਤੀ ਸੀ ਉਹਨਾਂ ਦੀ ਪਹਿਲੇ ਇਲੈਕਸ਼ਨ ਦੇ ਵਿੱਚ ਵੀ, ਉਹਨਾਂ ਦੀ ਹਾਰ ਨੂੰ ਕਿਵੇਂ ਦੇਖਦੇ? ਕਿਉਂ ਹੋਈ ਹੈ ਹਾਰ? ਉਹ ਹਾਰ ਇਸ ਤਰ੍ਹਾਂ ਹੋ ਗਈ ਹੈ ਕਿ ਇੱਕ ਸੋਚ ਦੇ ਦੋ ਬੰਦੇ ਆ ਕੇ, ਠੀਕ ਹੈ, ਅਤੇ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਗੱਲ ਕਰਦੇ ਨੇ, ਸਿੱਖ ਮੁੱਦਿਆਂ ਦੀ ਗੱਲ ਕਰਦੇ ਨੇ, ਪਰ ਉਹਨਾਂ ਦੋਨਾਂ ਦਾ ਇੱਕ ਪਲੇਟਫਾਰਮ 'ਤੇ ਇਕੱਠੇ ਹੋਣਾ ਹੀ ਉਹਨਾਂ ਨੂੰ ਖਰਾਬ ਕਰਕੇ ਰਹਿ ਗਿਆ। ਵਰਨਾ ਜੇ ਵੋਟ ਜੋੜ ਦਈਏ ਤਾਂ ਉਹ ਵੋਟ ਦਾ ਫਰਕ ਪੈਂਦਾ, ਉਹਦਾ ਰਿਜ਼ਲਟ ਹੋਰ ਆਉਂਦਾ। ਸੋ ਇਸ ਕਰਕੇ ਆਹ ਗਲਤੀ ਜਿਹੜੀ ਆ, ਬਲੰਡਰ ਮਿਸਟੇਕ ਆ।